ਨਰਿੰਦਰ ਸਿੰਘ ਕਪੂਰ ਦਾ ਵਿਸ਼ਾ ਹੱਸਣਾ। ਜਿਉਂ ਜਿਉਂ ਮਨੁੱਖੀ ਸੱਭਿਅਤਾ ਨੇ ਵਿਕਾਸ ਕੀਤਾ ਹੈ, ਤਿਉਂ ਤਿਉਂ ਹੱਸਣ ਦੀ ਸੰਭਾਵਨਾ ਅਤੇ ਸਮਰੱਥਾ ਘਟਦੀ ਗਈ ਹੈ। ਹੁਣ ਤਾਂ ਇੱਥੋਂ ਤੱਕ ਕਿਹਾ ਜਾਣ ਲੱਗ ਪਿਆ ਕਿ ਜਿੰਨਾ ਉੱਚਾ ਹਾਸਾ ਉਨਾ ਖੋਖਲਾ ਦਿਮਾਗ। ਹੁਣ ਕਿਹਾ ਜਾਂਦਾ ਕਿ ਹਾਸਾ ਦਿਮਾਗੀ ਖਾਲੀਪਨ 'ਚੋਂ ਉਪਜਿਆ ਖੜਾਕ ਹੁੰਦਾ ਹੈ। ਮਨੁੱਖ ਜਾਨਵਰਾਂ ਤੋਂ ਹੋਰ ਆਧਾਰਾਂ ਦੇ ਨਾਲ ਨਾਲ ਇਸ ਕਰਕੇ ਵੀ ਵੱਖਰਾ ਮੰਨਿਆ ਜਾਂਦਾ ਕਿਉਂਕਿ ਜਾਨਵਰ ਮਨੁੱਖ ਵਾਂਗ ਹੱਸਦੇ ਜਾਂ ਰੋਂਦੇ ਨਹੀਂ। ਹੱਸਣਾ ਅਤੇ ਰੋਣਾ ਮਨੁੱਖੀ ਅਨੁਭਵ ਦੇ ਦੋ ਸਿਰੇ ਹਨ। ਇਹਨਾਂ ਦੋ ਸਿਰਿਆਂ ਵਿਚਕਾਰ ਕਈ ਹੋਰ ਮਾਨਸਿਕ ਰੂਪ ਆ ਜਾਂਦੇ ਹਨ, ਜਿਵੇਂ ਖੁਲਾਸੀ ਮੁਸਕਰਾਹਟ ਅਤੇ ਹਲਕੀ ਮੁਸਕਰਾਹਟ। ਅਚਾਨਕ ਕਿਸੇ ਗੱਲ ਦੀ ਸਮਝ ਪੈਣ ਨਾਲ ਚਿਹਰੇ ਉੱਤੇ ਜੋ ਚਮਕ ਪੈਦਾ ਹੁੰਦੀ ਹੈ, ਉਹ ਪ੍ਰਸੰਨਤਾ ਇੱਕ ਅਨੋਖਾ ਪ੍ਰਭਾਵ ਉਸਾਰਦੀ ਹੈ। ਹਾਸਾ ਅਤੇ ਹਾਸੇ ਦੀ ਪ੍ਰਕਾਰ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਗੱਲ ਦਾ ਵਿਸ਼ਾ ਕੀ ਹੈ, ਸਥਿਤੀ ਕੀ ਹੈ, ਸਮਾਂ ਕੀ ਹੈ ਅਤੇ ਸਾਡੇ ਨਾਲ ਕੌਣ ਹੈ। ਕੋਈ ਅਧੀਨ ਵਿਅਕਤੀ ਆਪਣੇ ਅਫਸਰ ਸਾਹਮਣੇ ਨਹੀਂ ਹੱਸ ਸਕਦਾ, ਔਰਤ ਬੇਗਾਨਿਆਂ ਸਾਹਮਣੇ ਨਹੀਂ ਹੱਸ ਸਕਦੀ, ਬੁੱਢੇ ਜਵਾਨਾਂ ਸਾਹਮਣੇ ਨਹੀਂ ਹੱਸ ਸਕਦੇ ਅਤੇ ਬੱਚੇ ਅਧਿਆਪਕਾਂ ਸਾਹਮਣੇ ਨਹੀਂ ਹੱਸਦੇ। ਹੱਸਣਾ ਸਾਡੀ ਸ਼ਖਸੀਅਤ ਵਿੱਚੋਂ ਉਪਜਦਾ ਹੈ। ਜਿਹੋ ਜਿਹੀ ਸ਼ਖਸੀਅਤ, ਉਹੋ ਜਿਹਾ ਹਾਸਾ। ਹਾਸਾ ਸਾਡੀ ਵਿੱਦਿਅਕ ਯੋਗਤਾ, ਆਰਥਿਕ ਸਥਿਤੀ, ਸਮਾਜ ਵਿੱਚ ਸਾਡੇ ਸਥਾਨ, ਦੂਜਿਆਂ ਨਾਲ ਸਾਡੇ ਰਿਸ਼ਤੇ ਅਤੇ ਜ਼ਿੰਦਗੀ ਬਾਰੇ ਸਾਡੇ ਦ੍ਰਿਸ਼ਟੀਕੋਣ ਉੱਤੇ ਨਿਰਭਰ ਕਰਦਾ ਹੈ। ਤੁਸੀਂ ਕਈ ਚਿਹਰੇ ਵੇਖੇ ਹੋਣਗੇ ਜਿਨ੍ਹਾਂ ਨੂੰ ਵੇਖ ਕੇ ਇੰਝ ਪ੍ਰਤੀਤ ਹੁੰਦਾ ਹੈ ਕਿ ਇਹ ਕਦੇ ਹੱਸੇ ਹੀ ਨਹੀਂ, ਅਤੇ ਕਈ ਚਿਹਰੇ ਇੰਨੇ ਖਿੜੇ ਹੁੰਦੇ ਹਨ ਕਿ ਪ੍ਰਤੀਤ ਹੁੰਦਾ ਹੈ ਕਿ ਸੁੱਤੇ ਵੀ ਹੱਸਦੇ ਹੀ ਰਹਿੰਦੇ ਹੋਣਗੇ। ਉਦਾਸ ਚਿਹਰਿਆਂ ਨੂੰ ਜਦੋਂ ਹਾਲ ਚਾਲ ਪੁੱਛੋ ਤਾਂ ਉਹਨਾਂ ਦੇ ਉੱਤਰ ਉਹਨਾਂ ਦੀ ਮਾਨਸਿਕ ਅਤੇ ਸਰੀਰਕ ਬਣਤਰ ਅਨੁਸਾਰ ਹੀ ਹੋਣਗੇ, ਜਿਵੇਂ ਜੋ ਟਾਈਮ ਗੁਜ਼ਰ ਜਾਏ ਸ਼ੁਕਰ ਹੈ, ਜ਼ਿੰਦਗੀ ਕੱਟ ਰਹੇ ਹਾਂ, ਜਿਵੇਂ ਕਿਵੇਂ ਸਮਾਂ ਲੰਘ ਰਿਹਾ ਹੈ, ਕੀ ਦੱਸੀਏ, ਬੇਹਾਲ ਹੋਏ ਪਏ ਹਾਂ, ਛੋਟੀ ਨੂੰਹ ਨੇ ਨੱਕ 'ਚ ਦਮ ਕੀਤਾ ਹੋਇਆ, ਕੀ ਪੁੱਛਦੇ ਹੋ, ਲੋਕਾਂ ਦੀ ਔਲਾਦ ਮਾਪਿਆਂ ਨੂੰ ਸੁੱਖ ਦਿੰਦੀ ਹੈ, ਸਾਡੀ ਔਲਾਦ ਤਾਂ ਸਾਡੇ ਲਈ ਕੰਡੇ ਬੀਜ ਰਹੀ ਹੈ ਆਦਿ। ਕੁਝ ਥੱਕੇ ਹੋਏ ਜਵਾਬ ਹਨ ਜਿਹੜੇ ਉਦਾਸੀ ਵਿੱਚੋਂ ਉਪਜਦੇ ਅਤੇ ਉਦਾਸੀ ਉਪਜਾਉਂਦੇ ਹਨ। ਅਜਿਹੇ ਉਦਾਸ ਦੁਖੀ ਲੋਕ ਜਦੋਂ ਹੱਸਦੇ ਹਨ, ਇੰਝ ਲੱਗਦਾ ਜਿਵੇਂ ਅਸਲ 'ਚ ਉਹਨਾਂ ਦਾ ਮਨ ਰੋਣ ਨੂੰ ਕਰ ਰਿਹਾ ਹੋਵੇ। ਇਹ ਉਵੇਂ ਹੈ ਜਿਵੇਂ ਕੋਈ ਕਵਾਲੀ ਗਾਉਂਦਾ ਗਾਉਂਦਾ ਬਹਾਦਰ ਸ਼ਾਹ ਜ਼ਫਰ ਦੀ ਗਜ਼ਲ ਪੜ੍ਹਨ ਲੱਗ ਪਏ, ਜਾਂ ਜਿਵੇਂ ਕਿਸੇ ਹੱਸਦੇ ਬੰਦੇ ਨੂੰ ਚੀਸ ਪੈ ਜਾਏ। ਹੱਸਣ ਦੇ ਕੁਝ ਸਰਵ ਵਿਆਪਕ ਆਧਾਰ ਹਨ। ਸਭ ਤੋਂ ਵੱਧ ਹਾਸਾ ਸਰੀਰਕ ਵਿਸੰਗਤੀਆਂ 'ਚੋਂ ਉਪਜਦਾ, ਜਿਵੇਂ ਮਧਰਾ ਪਤੀ ਲੰਮੀ ਪਤਨੀ, ਜਾਂ ਬਹੁਤਾ ਮੋਟਾ ਪਤੀ ਬਹੁਤ ਪਤਲੀ ਪਤਨੀ, ਜਾਂ ਕਿਸੇ ਦਾ ਬਹੁਤ ਲੰਮਾ ਹੋਣਾ ਜਾਂ ਬਹੁਤ ਮੋਟਾ ਹੋਣਾ ਆਦਿ। ਕਈ ਵਾਰ ਹਾਸਾ ਲਿਬਾਸ 'ਚੋਂ ਵੀ ਉਪਜਦਾ, ਜਿਵੇਂ ਗਰਮੀਆਂ 'ਚ ਸਵੈਟਰ ਪਾਉਣਾ, ਬਨੈਣ ਨਾਲ ਟਾਈ ਲਾਉਣੀ ਆਦਿ। ਕਈ ਵਾਰ ਹਾਸਾ ਕਿਸੇ ਦੇ ਨਾਂ 'ਚੋਂ ਵੀ ਉਪਜਦਾ, ਜਿਵੇਂ ਕਿਸੇ ਚਲਾਕ ਬੰਦੇ ਦਾ ਨਾਂ ਭੋਲਾ ਸਿੰਘ ਹੋਵੇ, ਜਾਂ ਬਿੱਲੀ ਤੋਂ ਡਰਨ ਵਾਲੇ ਦਾ ਨਾਂ ਸ਼ੇਰ ਸਿੰਘ ਹੋਵੇ, ਜਾਂ ਮੂਰਖ ਦਾ ਨਾਂ ਹੁਸ਼ਿਆਰਚੰਦ ਹੋਵੇ। ਮਾਨਸਿਕ ਅਸੰਗਤੀਆਂ ਵੀ ਹਾਸਾ ਉਪਜਾਉਣ ਦਾ ਕਾਰਨ ਹੁੰਦੀਆਂ ਹਨ, ਜਿਵੇਂ ਕਹਿਣਾ ਕੁਝ ਅਤੇ ਮਤਲਬ ਕੁਝ ਹੋਰ ਨਿਕਲਣਾ। ਸਥਿਤੀ ਦੀ ਵਿਸੰਗਤੀ ਤੋਂ ਵੀ ਹਾਸਾ ਉਪਜਦਾ, ਜਿਵੇਂ ਲੜਕੇ ਦਾ ਲੜਕੀਆਂ ਦੇ ਹੋਸਟਲ 'ਚ ਜਾਣਾ, ਪਤਨੀ ਵੱਲੋਂ ਪਤੀ ਨੂੰ ਕੁਟਾਪਾ, ਕੁਰਸੀ ਤੋਂ ਡਿੱਗ ਪੈਣਾ, ਅਨਪੜ੍ਹ ਵਿਅਕਤੀ ਦਾ ਪੜ੍ਹਿਆ ਲਿਖਿਆ ਵਿੱਚ ਆਪਣੇ ਪੜ੍ਹੇ ਲਿਖੇ ਹੋਣ ਦਾ ਪ੍ਰਭਾਵ ਪਾਉਣਾ ਆਦਿ ਸਥਿਤੀਆਂ ਹਾਸਾ ਉਪਜਾਉਂਦੀਆਂ ਹਨ। ਅਸੀਂ ਆਪਣੇ ਤੌਰ ਤਰੀਕੇ ਨਾਲ ਵੀ ਹਾਸਾ ਉਪਜਾਉਂਦੇ ਹਾਂ, ਜਿਵੇਂ ਪਤਨੀ ਵੱਲੋਂ ਪਤੀ ਦੀ ਪੱਗ ਬੰਨਣਾ, ਜਾਂ ਕਿਸੇ ਪੁਰਸ਼ ਵੱਲੋਂ ਪਤਨੀ ਸਾਹਮਣੇ ਭਾਂਡੇ ਮਾਂਜਣਾ। ਬੋਲੀ ਵੀ ਹਾਸੇ ਨੂੰ ਉਪਜਾਉਂਦੀ ਹੈ। ਦੋਹਰੇ ਅਰਥ ਕੱਢਣ ਦੀ ਪ੍ਰਵਿਰਤੀ ਜਾਣੀ ਪਛਾਣੀ ਹੈ, ਸੋ ਉਦਾਹਰਨਾਂ ਦੇਣ ਦੀ ਲੋੜ ਨਹੀਂ। ਦੂਜਿਆਂ ਉੱਤੇ ਹੱਸ ਕੇ ਅਸੀਂ ਆਪਣੇ ਠੀਕ ਹੋਣ ਦਾ ਭੁਲੇਖਾ ਉਸਾਰਦੇ ਹਾਂ। ਹੱਸਣ ਨਾਲ ਰੋਣ ਵਾਂਗ ਹੀ ਅਸੀਂ ਹਲਕੇ ਹਲਕੇ ਅਨੁਭਵ ਕਰਦੇ ਹਾਂ। ਇਵੇਂ ਹਾਸਾ ਸਾਨੂੰ ਭਾਵਕ ਪੱਖ ਤੋਂ ਹੁਲਾਰਾ ਦੇ ਕੇ ਸੁਤੰਤਰਤਾ ਪ੍ਰਦਾਨ ਕਰਦਾ ਹੈ। ਹਾਸਾ ਆਜ਼ਾਦੀ ਵਿੱਚੋਂ ਉਪਜਦਾ ਅਤੇ ਆਜ਼ਾਦੀ ਉਪਜਾਉਂਦਾ ਹੈ। ਹਾਸੇ ਰਾਹੀਂ ਅਸੀਂ ਉਹਨਾਂ ਸਥਿਤੀਆਂ ਨੂੰ ਯਾਦ ਕਰਦੇ ਹਾਂ ਜਦੋਂ ਅਸੀਂ ਮੂਰਖਾਂ ਵਾਂਗ ਵਰਤਾਰਾ ਕੀਤਾ ਸੀ। ਇਵੇਂ ਹਾਸ ਵਿਅੰਗ ਨਾਟਕਾਂ ਵਿੱਚ ਹਾਸੇ ਰਾਹੀਂ ਦਰਸ਼ਕਾਂ ਦਾ ਮਨ ਪਰਚਾਵਾ ਕੀਤਾ ਜਾਂਦਾ ਹੈ। ਹਾਸਾ ਸਾਡੇ ਵਿੱਚ ਅਗਿਆਨਤਾ ਅਤੇ ਇਸ ਤੋਂ ਉਪਜਣ ਵਾਲੇ ਦੋਸ਼ਾਂ ਦੀ ਸ਼ੁੱਧੀ ਕਰਦਾ ਅਤੇ ਸਾਡੇ 'ਚ ਆਲੇ ਦੁਆਲੇ ਦੀ ਸਮਝ ਵਧਾਉਂਦਾ ਹੈ। ਹਾਸੇ ਨਾਲ ਅਸੀਂ ਗੁਆਚੇ ਸੰਤੁਲਨ ਨੂੰ ਮੁੜ ਪ੍ਰਾਪਤ ਕਰਦੇ ਹਾਂ। ਅਸੀਂ ਸਾਰੇ ਅਸਲ ਨਾਲੋਂ ਵਧੇਰੇ ਸਿਆਣੇ ਪ੍ਰਤੀਤ ਹੋਣ ਦੇ ਯਤਨ ਵਿੱਚ ਬਨਾਵਟ ਅਤੇ ਹਉਮੈ ਦਾ ਸ਼ਿਕਾਰ ਹੋ ਜਾਂਦੇ ਹਾਂ, ਅਤੇ ਹਾਸਾ ਸਾਨੂੰ ਇਹਨਾਂ ਨੁਕਸਾਂ ਤੋਂ ਮੁਕਤ ਕਰਨ ਦਾ ਵੀ ਸਾਧਨ ਹੁੰਦਾ ਹੈ। ਜਿਸ ਵਿਅਕਤੀ ਜਾਂ ਸਥਿਤੀ ਉੱਤੇ ਅਸੀਂ ਹੱਸਦੇ ਹਾਂ,
ਉਹ ਸਮਾਜ ਦੀ ਹਿੱਤਕਾਰੀ ਨਹੀਂ ਹੁੰਦੀ ਅਤੇ ਹਾਸੇ ਰਾਹੀਂ ਅਸੀਂ ਉਹਦੀ ਹੋਂਦ ਜਾਂ ਕਾਰਜ ਕੁਸ਼ਲਤਾ 'ਤੇ ਟਿੱਪਣੀ ਕਰਕੇ ਉਹਦੇ ਪ੍ਰਭਾਵ ਨੂੰ ਖਤਮ ਕਰ ਦਿੰਦੇ ਹਾਂ। ਅਸੀਂ ਹੱਸ ਕੇ ਗਲਤ ਧਿਰ ਨੂੰ ਠੀਕ ਲੀਹ ਉੱਤੇ ਆਉਣ ਲਈ ਇਸ਼ਾਰਾ ਕਰਦੇ ਹਾਂ। ਮਨੋਵਿਗਿਆਨਕ ਪੱਖ ਤੋਂ ਹਾਸੇ ਨਾਲ ਸਾਡੇ ਮਨ ਉੱਤੇ ਪਏ ਦਬਾਓ ਅਤੇ ਸਥਿਤੀ ਦੇ ਤਣਾਓ ਦੂਰ ਹੁੰਦੇ ਹੈ। ਤਣਾਓ ਤੋਂ ਛੁਟਕਾਰਾ ਪਾਉਣ ਲਈ ਹੱਸਣਾ ਜ਼ਰੂਰੀ ਹੁੰਦਾ ਹੈ। ਸਾਨੂੰ ਭੁਲੇਖਾ ਹੁੰਦਾ ਕਿ ਅਸੀਂ ਸਭ ਥਾਂ ਹੱਸ ਸਕਦੇ ਹਾਂ। ਕੋਈ ਵੀ ਵਿਅਕਤੀ ਵਿਰੋਧੀ ਜਾਂ ਖਤਰੇ ਵਾਲੀ ਸਥਿਤੀ 'ਚ ਤਣ ਜਾਣ ਕਾਰਨ ਹੱਸ ਨਹੀਂ ਸਕਦਾ। ਅੱਜ ਨਵੀਆਂ 'ਚ ਬੈਠੇ ਅਸੀਂ ਲੋੜ ਨਾਲੋਂ ਵਧੇਰੇ ਗੰਭੀਰ ਹੋ ਜਾਂਦੇ ਹਾਂ ਅਤੇ ਸਾਨੂੰ ਪਤਾ ਨਹੀਂ ਲੱਗਦਾ ਕਿਹੜੇ ਵਿਸ਼ੇ 'ਤੇ ਕੀ ਗੱਲ ਕੀਤੀ ਜਾਏ। ਹਾਸਾ ਆਪਣੇ ਜਾਣੂਆਂ ਪਛਾਣੂਆਂ ਨਾਲ ਹੀ ਸੰਭਵ ਹੁੰਦਾ ਹੈ। ਹਾਸੇ ਤੋਂ ਆਪਸੀ ਰਿਸ਼ਤੇ, ਜਾਣ ਪਛਾਣ ਦੀ ਪੱਧਰ ਅਤੇ ਮਿਆਦ ਆਦਿ ਬਹੁਤ ਸਾਰੀਆਂ ਗੱਲਾਂ ਦਾ ਪਤਾ ਲੱਗ ਜਾਂਦਾ ਹੈ। ਅਸੀਂ ਉਸੇ ਨਾਲ ਹੱਸ ਸਕਦੇ ਹਾਂ ਜਿਸ ਨਾਲ ਸਾਡਾ ਰਿਸ਼ਤਾ ਡੂੰਘਾ, ਪੱਕਾ ਅਤੇ ਵਿਸ਼ਾਲ ਹੁੰਦਾ ਹੈ। ਵਿਅੰਗ ਹਾਸੇ ਦਾ ਹੀ ਵਿਸ਼ੇਸ਼ ਰੂਪ ਹੁੰਦਾ ਹੈ ਅਤੇ ਬੜੀ ਧਿਆਨ ਨਾਲ ਵਰਤਣ ਵਾਲਾ ਸ਼ਾਬਦਿਕ ਹਥਿਆਰ ਹੈ। ਵਿਅੰਗ ਦੀ ਪੱਧਰ ਅਤੇ ਵਿਅੰਗ ਕਰਨ ਵਾਲੇ ਦੀ ਸਮੁੱਚੀ ਸ਼ਖਸੀਅਤ ਦਾ ਗਿਆਨ ਉਹਦੀਆਂ ਟਿੱਪਣੀਆਂ ਤੋਂ ਉਪਜਣ ਵਾਲੇ ਹਾਸੇ ਤੋਂ ਸਹਿਜ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਹਾਸੇ ਦੀ ਆਵਾਜ਼ ਤੋਂ ਵਿਅਕਤੀ ਦੇ ਸੱਭਿਅਕ ਜਾਂ ਅਸੱਭਿਅਕ ਹੋਣ ਅਤੇ ਉਹਦੀ ਮਾਨਸਿਕ ਪੱਧਰ ਦਾ ਗਿਆਨ ਵੀ ਪ੍ਰਾਪਤ ਹੁੰਦਾ ਹੈ। ਜਦੋਂ ਅਸੀਂ ਕਿਸੇ ਦੀ ਹਾਜ਼ਰੀ 'ਚ ਪੂਰਨ ਭਾਂਤ ਸੁਰੱਖਿਅਤ ਅਨੁਭਵ ਕਰੀਏ ਤਾਂ ਸਾਡਾ ਮਾਨਸਿਕ ਅਤੇ ਸਰੀਰਕ ਤਣਾਓ ਖਤਮ ਹੋ ਜਾਣ ਦੀ ਸੂਰਤ ਵਿੱਚ ਸਾਡਾ ਚਿਹਰਾ ਢਿੱਲਾ ਅਤੇ ਨਰਮ ਹੋ ਜਾਂਦਾ ਹੈ ਅਤੇ ਅਜਿਹੇ ਪ੍ਰਭਾਵ ਨੂੰ ਹੀ ਮੁਸਕਰਾਹਟ ਜਾਂ ਵਿਗਸੀ ਹੋਈ ਮੁਸਕਰਾਹਟ ਨੂੰ ਹਾਸਾ ਕਹਿੰਦੇ ਹਨ। ਹਾਸਾ ਅਕਸਰ ਕਿਸੇ ਦੀ ਮੂਰਖਤਾ 'ਚੋਂ ਉਪਜਦਾ ਹੈ। ਸਾਰੇ ਲਤੀਫੇ ਕਿਸੇ ਨਾ ਕਿਸੇ ਪ੍ਰਕਾਰ ਦੀ ਮੂਰਖਤਾ ਉੱਤੇ ਆਧਾਰਿਤ ਹੁੰਦੇ ਹੈ, ਇਸ ਲਈ ਹਾਸਾ ਉਪਜਾਉਂਦੇ ਹੈ। ਮੁਸਕਰਾਹਟ ਨਾ ਕੇਵਲ ਸੱਭਿਅਕ ਹੋਣ ਦਾ ਪ੍ਰਮਾਣ ਹੈ, ਸਗੋਂ ਇਹ ਦੂਜਿਆਂ ਨੂੰ ਨੇੜੇ ਆਉਣ ਦਾ ਸੱਦਾ ਅਤੇ ਪ੍ਰਵਾਨਗੀ ਦਿੱਤੇ ਜਾਣ ਦਾ ਪ੍ਰਗਟਾਵਾ ਵੀ ਹੁੰਦੀ ਹੈ। ਹਾਸੇ ਅਤੇ ਮੁਸਕਰਾਹਟ ਵਿੱਚ ਉਵੇਂ ਹੀ ਅੰਤਰ ਹੈ ਜਿਵੇਂ ਪੱਤ ਗੋਭੀ ਅਤੇ ਗੁਲਾਬ ਦੇ ਫੁੱਲ 'ਚ। ਜਦੋਂ ਅਸੀਂ ਜੀਵਨ ਦੀਆਂ ਬਾਰੀਕੀਆਂ ਸਮਝ ਜਾਂਦੇ ਹਾਂ ਤਾਂ ਅਸੀਂ ਹੱਸਣ ਦੀ ਥਾਂ ਮੁਸਕਰਾਉਂਦੇ ਹਾਂ। ਮੁਸਕਰਾਹਟ ਇੱਕ ਗੰਭੀਰ ਪ੍ਰਤੀਕਰਮ ਹੁੰਦੀ ਹੈ ਜਿਸ 'ਚ ਪਛਾਣ ਅਤੇ ਸ਼ੁਕਰਾਨੇ ਦਾ ਅੰਸ਼ ਵੀ ਮਿਲਿਆ ਹੁੰਦਾ ਹੈ। ਹਾਸਾ ਬੇਸ਼ਰਮੀ ਅਤੇ ਲਾਪਰਵਾਹੀ ਦਾ ਪ੍ਰਗਟਾਵਾ ਹੁੰਦਾ ਹੈ ਜਿਸ ਵਿੱਚ ਕਿਸੇ ਨਾ ਕਿਸੇ ਵਿਅਕਤੀ ਦੀ ਮੂਰਖਤਾ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਹਾਸਾ ਕਈ ਪ੍ਰਕਾਰ ਦਾ ਹੁੰਦਾ ਹੈ, ਜਿਵੇਂ ਸ਼ਰਮਿੰਦਗੀ 'ਚ ਉਪਜਿਆ ਹਾਸਾ, ਬਿਮਾਰ ਹਾਸਾ, ਥੱਕਿਆ ਹਾਸਾ, ਵਿਅੰਗਾਤਮਕ ਹਾਸਾ, ਹੰਕਾਰ ਭਰਿਆ ਹਾਸਾ ਅਤੇ ਪਾਗਲਪਣ ਵਾਲਾ ਹਾਸਾ। ਰਾਮ ਮੁਸਕਰਾਉਂਦੇ ਹਨ, ਰਾਵਣ ਹੱਸਦੇ ਹਨ। ਕਈ ਲੋਕ ਤਹਿਆਂ 'ਚ ਹੱਸਦੇ ਹਨ ਅਤੇ ਅਜੀਬ ਅਜੀਬ ਗਰ ਗਰ ਦੀਆਂ ਆਵਾਜ਼ਾਂ ਕੱਢਦੇ ਹਨ। ਕਈ ਐਵੇਂ ਹੱਸਦੇ ਹਨ ਜਿਵੇਂ ਗੱਡੀ ਸੁਰੰਗ 'ਚ ਵੜ ਰਹੀ ਹੋਵੇ ਜਾਂ ਭਰੇ ਪਤਨਾਲੇ 'ਚੋਂ ਪਾਣੀ ਨਿਕਲ ਰਿਹਾ ਹੋਵੇ। ਕਈ ਵਾਰ ਚਿਰਾਂ ਮਗਰੋਂ ਮਿਲੇ ਵਿਅਕਤੀ ਨੂੰ ਅਸੀਂ ਉਹਦੇ ਹਾਸੇ ਦੀ ਆਵਾਜ਼ ਤੋਂ ਹੀ ਪਛਾਣਦੇ ਹਾਂ। ਕਿਸੇ ਨੂੰ ਜਿਨ੍ਹਾਂ ਜਿਨ੍ਹਾਂ ਗੱਲਾਂ 'ਤੇ ਹਾਸਾ ਆਉਂਦਾ ਹੈ ਉਹਨਾਂ ਦੇ ਆਧਾਰ ਉੱਤੇ ਉਹਦੀ ਸ਼ਖਸੀਅਤ ਦਾ ਖਾਕਾ ਉਸਾਰਿਆ ਜਾ ਸਕਦਾ ਹੈ। ਕਈ ਲੋਕ ਰੋਣਾ ਚਾਹੁਣ ਦੇ ਬਾਵਜੂਦ ਰੋ ਨਹੀਂ ਸਕਦੇ, ਇਸ ਲਈ ਉਹ ਹੱਸਦੇ ਹਨ। ਕਈਆਂ ਦੇ ਦੰਦ ਸੋਹਣੇ ਹੁੰਦੇ ਹਨ ਜਿਨ੍ਹਾਂ ਨੂੰ ਦਿਖਾਉਣ ਲਈ ਉਹ ਹੱਸਦੇ ਹਨ। ਮੌਲਿਕ ਵਿਅਕਤੀਆਂ ਦੇ ਹਾਸੇ ਵਿੱਚ ਵੀ ਮੌਲਿਕਤਾ ਹੁੰਦੀ ਹੈ। ਕਈ ਵਾਰੀ ਹਾਸਾ ਖੁਸ਼ੀ 'ਚੋਂ ਨਹੀਂ ਦੁੱਖ 'ਚੋਂ ਪੁੱਛਦਾ ਹੈ ਅਤੇ ਦੁੱਖ ਵੇਲੇ ਪਾਗਲਾਂ ਵਾਂਗ ਹੱਸਣਾ ਦੁੱਖ ਨੂੰ ਪ੍ਰਗਟਾਉਣ ਛੁਪਾਉਣ ਦਾ ਇੱਕ ਸਰਵ ਵਿਆਪਕ ਢੰਗ ਹੈ। ਹਾਸੇ ਨਾਲ ਕਦੀ ਦੁਸ਼ਮਣ ਨੂੰ ਦੋਸਤ ਨਹੀਂ ਬਣਾਇਆ ਜਾ ਸਕਦਾ, ਪਰ ਦੋਸਤ ਉੱਤੇ ਹੱਸਣ ਨਾਲ ਉਹਨੂੰ ਦੁਸ਼ਮਣ ਜ਼ਰੂਰ ਬਣਾਇਆ ਜਾ ਸਕਦਾ। ਕੁਆਰੀਆਂ ਕੁੜੀਆਂ ਦਾ ਹਾਸਾ ਅਗਿਆਨਤਾ, ਮਾਸੂਮਤਾ ਅਤੇ ਨਿਰਛਲਤਾ ਤੋਂ ਉਪਜਦਾ ਹੈ। ਉਹਨਾਂ ਦਾ ਹੱਸਣਾ ਪਿਆਰ ਕਰਨ ਦੀ ਦਾਵਤ ਹੁੰਦਾ ਹੈ। ਵੇਖਿਆ ਗਿਆ ਕਿ ਜਿੱਥੇ ਵੀ ਦੋਸਤਾਂ ਜਾਂ ਸਹੇਲੀਆਂ ਦੀਆਂ ਢਾਣੀਆਂ ਜੁੜ ਬੈਠਦੀਆਂ ਉੱਥੇ ਹੀ ਹਾਸੇ ਦੀ ਮਹਿਫਿਲ ਆਰੰਭ ਹੋ ਜਾਂਦੀ ਹੈ। ਹੱਸਣ ਨਾਲ ਸਾਡੀ ਸਿਹਤ ਚੰਗੀ ਨਹੀਂ ਹੁੰਦੀ, ਅਸੀਂ ਆਪਣੀ ਸਿਹਤ ਚੰਗੀ ਹੋਣ ਕਰਕੇ ਹੱਸਦੇ ਹਾਂ। ਧੰਨਵਾਦ।